टाइम दे विच जे सरकारी थर्मल ना चले जां कोई भी थर्मल ना चलिया ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਦਾ ਜਿਹੜਾ ਵੱਡਾ ਸੰਕਟ ਆ ਸਕਦਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜਾ ਬਿਜਲੀ ਆਉਣ ਵਾਲੇ ਟਾਈਮ ਦੇ ਵਿੱਚ ਬੰਦ ਹੋਣ ਜਾ ਰਹੀ ਹੈ ਸੋ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਆਪਾਂ ਇਹ ਸੁਣ ਰਹੇ ਹਾਂ ਕਿ ਜਿੰਨੇ ਵੀ ਥਰਮਲ ਪਲਾਂਟ ਆ ਉੱਥੇ ਕੋਲਾ ਮੁੱਕ ਚੁੱਕਿਆ ਗਾ ਪਰ ਇੱਥੇ ਮੁੱਕਿਆ ਨਹੀਂ ਕੋਲਾ ਇੱਥੇ ਉਹ ਪਰਦਾ ਚੁੱਕਿਆ ਗਿਆ ਸਰਕਾਰ ਦਾ ਵੀ ਜਿਹੜੇ ਸਰਕਾਰਾਂ ਨੇ ਗਲਤ ਸਮਝੌਤੇ ਕੀਤੇ ਪ੍ਰਾਈਵੇਟ ਥਰਮਲਾਂ ਦੇ ਨਾਲ ਜਿਹੜੀਆਂ ਅੱਜ ਮੋਦੀ ਸਰਕਾਰ ਦੇ ਵੱਲੋਂ ਖੇਤੀ ਆਰਡੀਨੈਂਸ ਦੇ ਕਰਕੇ ਜਥੇਬੰਦੀਆਂ ਧਰਨਿਆਂ ਤੇ ਬੈਠੀਆਂ ਨੇ ਸੋ ਉਹਨਾਂ ਦੀ ਇੱਕੋ ਇੱਕ ਮੰਗ ਆ ਵੀ ਜੇ ਸਰਕਾਰੀ ਕੋਲਾ ਤੁਸੀਂ ਲੈ ਕੇ ਆਉਣਾ ਤਾਂ ਸਰਕਾਰੀ ਥਰਮਲਾਂ 'ਚ ਲੈ ਕੇ ਜਾਓ ਅਸੀਂ ਪ੍ਰਾਈਵੇਟ ਦੇ ਵਿੱਚ ਨਹੀਂ ਜਾਣ ਦੇਵਾਂਗੇ ਉਹਦਾ ਸਿੱਧਾ ਸਿੱਧਾ ਗੱਲ ਇਹ ਆ ਵੀ ਜੇ ਸਰਕਾਰੀ ਥਰਮਲ ਬਚਣਗੇ ਤਾਂ ਸਰਕਾਰੀ ਰੁਜ਼ਗਾਰ ਬਚੂਗਾ ਜੇ ਅੱਜ ਵੇਖਿਆ ਜਾਵੇ ਤਾਂ ਮਾੜੇ ਮਾੜੇ ਘਰਾਂ ਦੇ ਵਿੱਚ ਵੀ 8-8, 9-9 ਹਜ਼ਾਰ ਰੁਪਏ ਦੇ ਬਿੱਲ ਹੋਏ ਪਿਆ ਉਹਦਾ ਸਿੱਧਾ ਤੇ ਸਿੱਧਾ ਕਾਰਨ ਇਹ ਆ ਕਿ ਜਿਹੜੇ ਬਿਜਲੀ ਦੇ ਬਿੱਲ ਆ ਉਹਨਾਂ ਦਾ ਰੇਟ ਬਹੁਤ ਜ਼ਿਆਦਾ ਵਧੇ ਪਏ ਆ ਕਿਉਂਕਿ ਪ੍ਰਾਈਵੇਟ ਸਮਝੌਤੇ ਇਹਨਾਂ ਦੇ ਇੱਦਾਂ ਦੇ ਹੋਏ ਪਏ ਆ ਕਿ ਇਹਨਾਂ ਨੂੰ ਬਿਜਲੀ ਲੈਣੀ ਹੀ ਪੈਣੀ ਆ ਪਰ ਜਿਹੜੀਆਂ ਸਰਕਾਰੀ ਇਸ ਟਾਈਮ ਦੇ ਉੱਤੇ ਜਿਹੜੀਆਂ ਸੰਸਥਾਵਾਂ ਨੂੰ ਚਲਾਉਣ ਦੇ ਲਈ ਜਥੇਬੰਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਤੇ ਆਮ ਲੋਕਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਚਾਹੁੰਦੀਆਂ ਨੇ ਭੁਲੇਖਾ ਪਾਉਣ ਵੀ ਜਥੇਬੰਦੀਆਂ ਕਰਕੇ ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਆ ਸੋ ਜਥੇਬੰਦੀਆਂ ਕਰਕੇ ਨਹੀਂ ਹੈਗਾ ਸੰਕਟ ਇਹ ਸੰਕਟ ਦਾ ਜ਼ਿੰਮੇਵਾਰ ਸਿੱਧਾ ਤਾਂ ਸਿੱਧਾ ਇੱਥੋਂ ਦੀ ਜਿਹੜੀ ਪੰਜਾਬ ਸਰਕਾਰ ਆ ਮੋਦੀ ਹਕੂਮਤ ਆ ਜੇਕਰ ਸਰਕਾਰੀ ਥਰਮਲ ਚੱਲਣਗੇ ਤਾਂ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਹੋਊਗੀ ਜੇਕਰ ਉਹ ਇਸੇ ਤਰ੍ਹਾਂ ਇਹ ਖੇਤੀ ਆਰਡੀਨੈਂਸ ਦੇ ਵਾਪਸ ਨਹੀਂ ਲੈਂਦੇ ਤਾਂ ਜਿਹੜੇ ਐਜੀਟੇਸ਼ਨ ਆ ਉਹ ਇਸੇ ਤਰ੍ਹਾਂ ਚੱਲਣਗੇ ਆਮ ਲੋਕਾਂ ਨੂੰ ਵੀ ਇਹ ਗੱਲ ਸਮਝ ਆ ਚੁੱਕੀ ਆ ਕਿ ਜੇ ਸਰਕਾਰੀ ਥਰਮਲ ਚੱਲਣਗੇ ਤਾਂ ਸਾਨੂੰ ਸਸਤੀ ਬਿਜਲੀ ਮਿਲੂਗੀ ਸਾਡੇ ਲਈ ਸਰਕਾਰੀ ਰੁਜ਼ਗਾਰ ਮੁਹੱਈਆ ਹੋਊਗਾ ਇਸ ਕਰਕੇ ਜੇ ਸਰਕਾਰੀ ਥਰਮਲ ਚੱਲਣਗੇ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਿਜਲੀ ਦੀ ਉਹੀ ਜਿਹੜੀ ਟ੍ਰੇਨ ਆਗੀ ਉਹੀ ਫੇਰ ਵਾਪਸ ਸਰਕਾਰੀ ਥਰਮਲਾਂ 'ਚ ਆਵੇਗੀ ਤਾਂ ਜਿਹੜਾ ਬਿਜਲੀ ਦਾ ਸੰਕਟ ਆ ਦੂਰ ਹੋ ਸਕਦਾ ਹੈਗਾ ਕੋਇਲੇ ਦੀ ਗੱਲ ਕਰੀਏ ਜੀ ਆਪਾਂ ਜੇ ਥਰਮਲ ਪਲਾਂਟਾਂ ਵਿੱਚ ਕਿੰਨੇ ਦਿਨਾਂ ਦਾ ਕੋਇਲਾ ਪਿਆ ਹਨ ਟਾਈਮ ਦੀ ਸੋ ਜੇਕਰ ਗੱਲ ਕਰੀਏ ਕੋਲਿਆਂ ਦੇ ਵਿੱਚ ਤਾਂ ਆਪਾਂ ਰਾਜਪੁਰਾ ਥਰਮਲ ਵੀ ਇਹਨਾਂ ਕਹਿ ਰਿਹਾ ਕਿ ਬਿਲਕੁਲ ਬੰਦ ਆ ਔਰ ਬਣਾ ਵਾਲੀ ਥਰਮਲ ਵੀ ਬਿਲਕੁਲ ਬੰਦ ਹੋ ਰਿਹਾਗਾ ਔਰ ਗੱਲ ਕਰੀਏ ਜੇ ਲਹਿਰਾ ਥਰਮਲ ਦੀ ਸਰਕਾਰੀ ਥਰਮਲ ਦੀ ਤਾਂ ਕਿਸਾਨ ਜਥੇਬੰਦੀਆਂ ਐਜੀਟੇਸ਼ਨ ਕਰਨ ਵਾਲੀਆਂ ਜਥੇਬੰਦੀਆਂ ਇਹ ਗੱਲਾਂ ਕਹਿ ਰਹੀਆਂ ਨੇ ਵੀ ਜਿਹੜਾ ਤੁਸੀਂ ਕੋਲਾ ਲੈ ਕੇ ਆ ਰਹੇ ਆ ਜੇ ਇੱਥੇ ਗੱਲ ਕਰੀਏ ਮੰਤਰੀ ਦੀ ਮੰਤਰੀ ਇਹ ਗੱਲਾਂ ਕਹਿ ਰਹੇ ਆ ਕਿ ਜਿਹੜਾ ਕੋਲਾ ਗਾ ਉਹ ਆ ਰਿਹਾ ਪਰ ਜਥੇਬੰਦੀਆਂ ਨਹੀਂ ਆਉਣ ਦਿੰਦੀਆਂ ਪਰ ਜਥੇਬੰਦੀ ਦੀ ਇੱਕੋ ਹੀ ਮੰਗ ਆ ਵੀ ਜੇ ਸਰਕਾਰੀ ਕੋਲਾ ਆਊਗਾ ਤਾਂ ਸਰਕਾਰੀ ਥਰਮਲਾਂ 'ਚ ਹੀ ਜਾਊਗਾ ਇਹਦਾ ਕੀ ਨੁਕਸਾਨ ਹੋਊਗਾ ਯਾਰ ਟਾਈਮ ਦੇ ਵਿੱਚ ਪੰਜਾਬ ਨੂੰ ਸੋ ਇਹਦੇ ਵਿੱਚ ਜੇਕਰ ਇਹ ਆਪਣੇ ਖੇਤੀ ਆਰਡੀਨੈਂਸ ਵਾਪਸ ਨਹੀਂ ਹੁੰਦੇ ਜਾਂ ਪੰਜਾਬ ਸਰਕਾਰ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਂਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਰਕਾਰੀ ਥਰਮਲ ਨਾ ਚੱਲੇ ਜਾਂ ਕੋਈ ਵੀ ਥਰਮਲ ਨਾ ਚੱਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਦਾ ਜਿਹੜਾ ਵੱਡਾ ਸੰਕਟ ਆ ਸਕਦਾ ਹੈ।